ਦਾ ਟੌਪਿਕ ਸਾਡਾ ਡੇਂਗੂ ਹੈ ਲੇਕਿਨ ਇਸ ਤੋਂ ਪਹਿਲਾਂ ਜੀ 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 ਹਾਂਜੀ ਕਿ ਡੇਂਗੂ ਤੇ ਆਈਏ ਮੈਂ ਕੁਛ ਚੀਜ਼ਾਂ ਸਾਂਝੀਆਂ ਕਰਨਾ ਚਾਹੁੰਦਾ ਕਿਉਂਕਿ ਅੱਜ ਸਾਡੀ ਮਾਨਸਿਕਤਾ ਇਹ ਬਣ ਗਈ ਹੈ ਕਿ ਸਿਹਤ ਜਿਹੜੀ ਹੈ ਸਿਹਤ ਨੂੰ ਲੈ ਕੇ ਅਸੀਂ ਇਹ ਸੋਚਦੇ ਹਾਂ ਕਿ ਜਿੱਥੇ ਬਹੁਤ ਵੱਡਾ ਕਾਮਯਾਬ ਹੈ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਵੱਡੇ ਵੱਡੇ ਡਿਗਰੀਆਂ ਵਾਲੇ ਡਾਕਟਰ ਨੇ ਉੱਥੇ ਜਾ ਕੇ ਅਸੀਂ ਸੁਰੱਖਿਅਤ ਹਾਂ ਬਿਲਕੁਲ ਇਹ ਇੱਕ ਤਰ੍ਹਾਂ ਦਾ ਭਰਮ ਜਿਹੜਾ ਹਾਲਾਂਕਿ ਇਹਦੇ ਪਿੱਛੇ ਬਹੁਤ ਵੱਡਾ ਮਤਲਬ ਇੱਕ ਪ੍ਰਚਾਰ ਤੰਤਰ ਹੈ ਇੱਕ ਮਾਰਕੀਟਿੰਗ ਸਟਰੈਟਜੀ ਹੈ ਜਿਹਦੇ ਨਾਲ ਇਹ ਚੀਜ਼ ਸਾਡੇ ਦਿਮਾਗ ਚ ਬਿਠਾਈ ਗਈ ਹੈ ਬਿਲਕੁਲ लेकिन मैं ये गल कहनी चाहना कि ये जरा पूरा का पूरा तामझाम है एक पूरा का पूरा जरा स्ट्रक्चर बनाया जाता है ये पिछे एक बहुत वड्डी वजह है जिहड़ी मतलब मैं बहुत थोड़े समय तुहानू समझाउण दी कोशिश करदा स्रोतियां नू तुसीं ध्यान नाल इस गल नू सुनना चाहुंदे हो क्योंकि यह साडी लाइफ च एक बहुत वड्डा मोड़ हो सकता है एक टर्निंग पॉइंट हो सकता है कोरोना वायरस नू लैके ਵੱਡਾ ਰੌਲਾ ਪਾਇਆ ਗਿਆ ਵੈਂਟੀਲੇਟਰ ਚਾਹੀਦੇ ਆ ਜੀ ਆਕਸੀਜਨ ਸਿਲੰਡਰ ਘਟ ਗਏ ਬੜਾ ਕੁਛ ਕੀਤਾ ਗਿਆ ਲੇਕਿਨ ਜੋ ਇੱਕ ਚੀਜ਼ ਨੂੰ ਹੀ ਪ੍ਰਮੋਟ ਕੀਤਾ ਗਿਆ ਜਿਹੜਾ ਦੂਜਾ ਪਹਿਲੂ ਹੈ ਉਹਦਾ ਉਸ ਦੂਜੇ ਪਹਿਲੂ ਨੂੰ ਲੋਕਾਂ ਤੱਕ ਜਾਣ ਹੀ ਨਹੀਂ ਦਿੱਤਾ ਗਿਆ ਉਹ ਦੂਜਾ ਪਹਿਲੂ ਕੀ ਹੈ ਉਹ ਦੂਜਾ ਪਹਿਲੂ ਇਹ ਹੈ ਜਦੋਂ ਅਸੀਂ ਪੁਰਾਣੇ ਪਿੱਛੇ ਹਿਸਟਰੀ ਚ ਜਾਂਦੇ ਹਾਂ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਮੈਡੀਕਲ ਰਿਸਰਚਸ ਨੇ ਜਿਨ੍ਹਾਂ ਨੂੰ ਸਮੇਂ ਦੇ ਨਾਲ ਨਾਲ ਦਬਾ ਦਿੱਤਾ ਗਿਆ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤਾ ਗਿਆ ਮਨੁੱਖ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਜਿਹੜੀ ਹੈ ਕੁਦਰਤੀ ਤੌਰ ਤੇ ਸਭ ਤੋਂ ਵੱਡੀ ਸਮੱਸਿਆ ਮਨੁੱਖ ਜਿਹੜਾ ਦੂਜੇ ਜਾਨਵਰਾਂ ਦੇ ਮੁਕਾਬਲੇ ਚ ਸਭ ਤੋਂ ਵੱਡੀ ਸਮੱਸਿਆ ਮਨੁੱਖ ਦੀ ਇਹ ਹੈ ਕਿ ਉਹਨੇ ਦੋ ਪੈਰਾਂ ਤੇ ਖੜਨਾ ਸ਼ੁਰੂ ਕਰ ਦਿੱਤਾ ਠੀਕ ਹੈ ਹਾਂਜੀ ਬਿਲਕੁਲ ਤੁਸੀਂ ਦੇਖੋ ਬਾਕੀ ਜਾਨਵਰ ਜਿਹੜੇ ਚਾਰ ਪੈਰਾਂ ਤੇ ਤੁਰਦੇ ਨੇ ਹਾਂਜੀ ਕੱਲਾ ਮਨੁੱਖ ਹੈ ਜਿਹੜਾ ਦੋ ਪੈਰਾਂ ਤੇ ਤੁਰਦਾ ਜਦੋਂ ਮਨੁੱਖ ਨੇ ਦੋ ਪੈਰਾਂ ਤੇ ਤੁਰਨਾ ਸ਼ੁਰੂ ਕੀਤਾ ਤਾਂ ਬਹੁਤ ਸਾਰੀਆਂ ਕੁਦਰਤੀ ਚੀਜ਼ਾਂ ਜਿਹੜੀਆਂ ਨੇ ਉਹ ਉਹਦੇ ਆਪੋਜ਼ਿਟ ਹੋ ਗਈਆਂ ਜਿਹੜੀ ਗ੍ਰੈਵੀਟੇਸ਼ਨਲ ਫੋਰਸ ਹੈ ਧਰਤੀ ਦੀ ਜਿਹੜੀ ਖਿੱਚ ਸ਼ਕਤੀ ਹੈ ਜਦੋਂ ਅਸੀਂ ਚਾਰ ਪੈਰਾਂ ਤੇ ਤੁਰਦੇ ਹਾਂ ਤਾਂ ਸਾਡਾ ਜਿਹੜਾ ਦਿਲ ਹੈ ਉਹ ਧਰਤੀ ਵੱਲੋਂ ਰਹਿੰਦਾ ਹੈ ਜਦੋਂ ਅਸੀਂ ਸਿੱਧੇ ਲੇਟਦੇ ਆ ਤੁਸੀਂ ਦੇਖਿਆ ਬਹੁਤ ਥੋੜੇ ਜਾਨਵਰ ਹੋਣਗੇ ਜਿਹੜੇ ਪਿੱਠ ਦੇ ਭਾਰ ਲੇਟਦੇ ਨੇ ਉਹ ਪਿੱਠ ਦੇ ਭਾਰ ਨਹੀਂ ਲੇਟਦੇ ਮਨੁੱਖ ਜਦੋਂ ਪਿੱਠ ਦੇ ਭਾਰ ਲੇਟਦਾ ਤਾਂ ਸਾਡੇ ਦਿਲ ਦਾ ਵਜਨ ਜਿਹੜਾ ਹੈ ਫੇਫੜਿਆਂ ਦੇ ਉੱਤੇ ਹੁੰਦਾ ਫੇਫੜੇ ਸਾਡੇ ਜਿਹੜੇ ਆ ਉਨੀ ਜਗ੍ਹਾ ਸਾਡੇ ਫੇਫੜਿਆਂ ਦੀ ਜਿੰਨੀ ਜਗ੍ਹਾ ਦੇ ਉੱਤੇ ਦਿਲ ਪਿਆ ਹੁੰਦਾ ਹੈ ਉਨੀ ਜਗ੍ਹਾ ਫੇਫੜਿਆਂ ਦੀ ਜਿਹੜੀ ਹੈ ਉਹ ਕੰਮ ਨਹੀਂ ਕਰਦੀ ਉਹਦੀ ਕਪੈਸਿਟੀ ਘੱਟ ਜਾਂਦੀ ਹੈ ਸਾਡੇ ਲੰਗਸ ਦੀ ਹੁਣ ਇਹ ਗੱਲ ਜਿਹੜੀ ਹੈ ਇਹ ਗੱਲ ਸਾਇੰਸ ਦੇ ਵਿੱਚ ਹੈਗੀ ਹੈ ਤੇ ਮੈਡੀਕਲ ਸਾਇੰਸ ਦੇ ਵਿੱਚ ਵੀ ਇਹ ਦੱਸੀ ਜਾਂਦੀ ਹੈ ਸਮਝਾਈ ਜਾਂਦੀ ਹੈ ਲੇਕਿਨ ਇਹ ਗੱਲ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤੀ ਜਾਂਦੀ ਬਿਲਕੁਲ ਸਾਡੇ ਲਈ ਤਾਂ ਇਹ ਨਵੀਂ ਜਾਣਕਾਰੀ ਹੈ ਅੱਜ ਕਿਉਂਕਿ ਵੈਸੇ ਵੀ ਜੇ ਬੱਚਾ ਕੋਈ ਮੁੱਦਾ ਪੈਂਦਾ ਕਿਉਂਕਿ ਮੇਰੇ ਬੇਟੇ ਨੂੰ ਆਦਤ ਹੈ ਉਹ ਮੁੱਦਾ ਪੈਂਦਾ ਤੇ ਅਕਸਰ ਜਦੋਂ ਕੋਈ ਉਹਨੂੰ ਵੇਖਦਾ ਤਾਂ ਕਹਿੰਦੇ ਬੱਚੇ ਨੂੰ ਸਿੱਧਾ ਕਰੋ ਹਾਰਟ ਤੇ ਇਹਦਾ ਵੇਟ ਆ ਗਿਆ ਤੇ ਇਹਨੂੰ ਪ੍ਰੋਬਲਮ ਹੋ ਜਾਏਗੀ ਛਾਤੀ ਜਿੱਦਾਂ ਕਹਿ ਦਈਏ ਕਿ ਛਾਤੀ ਦੀਆਂ ਬਿਮਾਰੀਆਂ ਇਹਨੂੰ ਪਕੜ ਕਰਨਗੀਆਂ ਤੋ ਪਤਾ ਨੀ ਮੈਨੂੰ ਤਾਂ ਪਤਾ ਨੀ ਸੀ ਬਟ ਅੱਜ ਇਹ ਨੌਲੇਜ ਮਿਲ ਰਹੀ ਹੈ ਥੈਂਕ ਯੂ ਇਹਦੇ ਲਈ ਔਰ ਮੈਂ ਇੱਕ ਗੁਜ਼ਾਰਿਸ਼ ਸਰੋਤਿਆਂ ਨੂੰ ਵੀ ਕਰਦੀ ਹੁੰਦੀ ਹਾਂ ਸਰੋਤਿਓ ਨਵੀਂ ਜਾਣਕਾਰੀ ਅਗਰ ਤੁਸੀਂ ਸ਼ੇਅਰ ਕਰਦੇ ਹੋ ਤਾਂ ਤੁਹਾਡਾ ਹੱਕ ਬਣਦਾ ਕਿ ਇਹ ਜਾਣਕਾਰੀ ਦੂਜਿਆਂ ਤੱਕ ਵੀ ਪਹੁੰਚਾਈਏ ਸੋ ਸ਼ਨੀਵਾਰ ਤਾਂ ਮੈਂ ਖਾਸ ਰਿਕੁਐਸਟ ਹੁੰਦੀ ਹੈ ਮੇਰੀ ਕਿ ਪ੍ਰੋਗਰਾਮ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਬਾਕੀ ਵੀ ਇਸ ਜਾਣਕਾਰੀ ਦੇ ਨਾਲ ਜੁੜ ਸਕਣ ਜੀ ਡਾਕਟਰ ਸਾਹਿਬ ਜੀ ਤੇ ਤੁਸੀਂ ਇਹ ਦੇਖੋ ਕਿ ਜਦੋਂ ਕੋਰੋਨਾ ਵਾਇਰਸ ਆਇਆ ਉਹਨੇ ਜਾ ਕੇ ਸਿੱਧਾ ਲੰਗਸ ਨੂੰ ਇਫੈਕਟ ਕਰਨਾ ਸ਼ੁਰੂ ਕੀਤਾ ਜੀ ਤਾਂ ਫੇਫੜਿਆਂ ਦੀ ਜਿਹੜੀ ਕਪੈਸਿਟੀ ਹੈ ਉਹ ਘਟੀ ਜੀ ਉਸ ਮਰੀਜ਼ ਨੂੰ ਜਿਹਦਾ ਸਾਹ ਲੈਣ ਚ ਦਿੱਕਤ ਆਈ ਜਾਂ ਜਿਹਦਾ ਆਕਸੀਜਨ ਲੈਵਲ ਘਟਿਆ ਜੀ ਉਸ ਮਰੀਜ਼ ਨੂੰ ਹਸਪੀਟਲ ਲਿਜਾਇਆ ਗਿਆ ਹਸਪੀਟਲ ਲਿਜਾ ਕੇ ਉਸ ਮਰੀਜ਼ ਨੂੰ ਪਿੱਠ ਦੇ ਭਾਰ ਲਟਾਇਆ ਗਿਆ ਤੇ ਉਹਦੇ ਆਕਸੀਜਨ ਮਾਸਕ ਲਾ ਦਿੱਤਾ ਗਿਆ ਜੀ ਮਤਲਬ ਇਹਦਾ ਦੂਜਾ ਪਹਿਲੂ ਇਹ ਹੈ ਕਿ ਜਦੋਂ ਅਸੀਂ ਇਸ ਗ੍ਰੈਵੀਟੇਸ਼ਨਲ ਫੋਰਸ ਜਿਹੜੀ ਹੈ ਉਹਨੂੰ ਥੋੜਾ ਜਿਹਾ ਮੈਨੂਪੁਲੇਟ ਕਰਦੇ ਆ ਥੋੜਾ ਜਿਹਾ ਅਸੀਂ ਉਹਨੂੰ ਸਹੀ ਤਰੀਕੇ ਨਾਲ ਕਰ ਲੈਂਦੇ ਹਾਂ
ਉਹੀ ਮਰੀਜ਼ ਹੈ ਜਿਹੜਾ ਪਿੱਠ ਭਾਰ ਲਿਟਿਆ ਹੋਇਆ, ਜਦੋਂ ਅਸੀਂ ਉਹਨੂੰ ਢਿੱਡ ਭਾਰ ਲਿਟਾ ਦਿੰਦੇ ਹਾਂ ਤਾਂ ਉਹਦਾ ਹਾਰਟ ਦਾ ਵਜ਼ਨ ਜਿਹੜਾ ਫੇਫੜਿਆਂ ਤੋਂ ਹਟ ਜਾਂਦਾ ਠੀਕ ਹੈ, ਤੇ ਫੇਫੜਿਆਂ ਦੀ ਕੈਪੈਸਿਟੀ 20% ਤੱਕ ਇਨਕਰੀਜ਼ ਹੋ ਜਾਂਦੀ ਹੈ ਜੀ। ਉਸ ਮਰੀਜ਼ ਨੂੰ ਸਾਹ ਲੈਣ ਚ ਆਸਾਨੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ ਹੌਲੀ ਤੁਸੀਂ ਆਕਸੀਮੀਟਰ ਲਾ ਕੇ ਦੇਖੋ ਉਹਦੀ ਉਂਗਲੀ ਨੂੰ, ਤੁਸੀਂ ਦੇਖੋਗੇ ਕਿ ਹੌਲੀ ਹੌਲੀ ਇੱਕ ਇੱਕ ਦੋ ਦੋ ਪੁਆਇੰਟ ਕਰਕੇ ਉਹਦਾ ਆਕਸੀਜਨ ਲੈਵਲ ਵਧਣਾ ਸ਼ੁਰੂ ਹੋ ਜਾਂਦਾ। ਤਾਂਹੀ ਉਹ ਕਦੇ ਕੋਈ ਦੇਖਦੇ ਆ ਕੋਈ ਡੁੱਬਦਾ ਉਹਨੂੰ ਜਦੋਂ ਬਾਹਰ ਕੱਢਦੇ ਤਾਂ ਮੁੱਦਾ ਪਾ ਕੇ ਉਹਨੂੰ ਜਿਹੜਾ ਪੰਪ ਕੀਤਾ ਜਾਂਦਾ ਤਾਂ ਕਿ ਉਸਦੇ ਅਗਰ ਪਾਣੀ ਵੀ ਗਿਆ ਅੰਦਰ ਉਹ ਵੀ ਬਾਹਰ ਆ ਜਾਏ ਤੇ ਉਹਨੂੰ ਸਾਹ ਜਲਦੀ ਜਿਹੜਾ ਮਿਲ ਸਕੇ ਜੀ। ਜੀ ਇਹ ਚੀਜ਼ ਜਿਹੜੀ ਹੈ ਇਸ ਚੀਜ਼ ਦਾ ਇਸਤੇਮਾਲ ਕੀਤਾ ਇਹਨੂੰ ਪੋਸਚਰਲ ਮੈਡੀਸਨ ਕਹਿੰਦੇ ਨੇ ਜੀ। ਜੀ ਮਤਲਬ ਅਸੀਂ ਆਪਣੇ ਸਰੀਰ ਦਾ ਪੋਸਚਰ ਬਦਲ ਕੇ ਇਹੋ ਜਿਹਾ ਇਲਾਜ ਕਰ ਸਕਦੇ ਹਾਂ ਜਿਹੜਾ ਉਹਨਾਂ ਵੱਡੀਆਂ ਵੱਡੀਆਂ ਮਸ਼ੀਨਾਂ ਨਾਲ ਨਹੀਂ ਹੋ ਸਕਦਾ ਜੀ। ਉਸੇ ਮਰੀਜ਼ ਨੂੰ ਅਗਰ ਤੁਸੀਂ ਵੈਂਟੀਲੇਟਰ ਤੇ ਲੈ ਜਾਂਦੇ ਹੋ ਤਾਂ ਉਹਦੇ ਬਚਣ ਦੇ ਚਾਂਸ ਸਿਰਫ 100 ਤੋਂ 4 ਮਰੀਜ਼ ਬਚਦੇ ਨੇ ਵੈਂਟੀਲੇਟਰ। ਲੇਕਿਨ ਅਗਰ ਤੁਸੀਂ ਉਸੇ ਮਰੀਜ਼ ਨੂੰ ਵੈਂਟੀਲੇਟਰ ਦੇ ਨਾਲ ਜਾ ਕੇ ਉਲਟਾ ਲਟਾ ਦਿੰਦੇ ਹੋ ਤਾਂ 100 ਦੇ 100 ਮਰੀਜ਼ ਬਚਣ ਦੀ ਸੰਭਾਵਨਾ ਜੀ। ਬਹੁਤ ਅਹਿਮ ਗੱਲ ਹੈ ਜੀ। ਅਸੀਂ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਤੇ ਉਹਨਾਂ ਦੀ 750 ਨਾਈਸ ਐਕਸਪਰਟ ਜਿਹੜੇ ਨੇ ਅਸੀਂ 60,000 ਤੋਂ ਜ਼ਿਆਦਾ ਕੋਰੋਨਾ ਮਰੀਜ਼ਾਂ ਦਾ ਇਲਾਜ ਘਰਾਂ ਚ ਬਿਠਾ ਕੇ ਕੀਤਾ ਜੀ। ਉਹਦੇ ਚ ਉਹ ਲੋਕ ਵੀ ਸੀ ਜਿਨ੍ਹਾਂ ਦਾ ਆਕਸੀਜਨ ਲੈਵਲ 40% ਤੱਕ ਰਹਿ ਗਿਆ ਸੀ। ਸਿਰਫ ਇਸੇ ਤਕਨੀਕ ਨਾਲ ਦੋ ਚੀਜ਼ਾਂ ਕੀਤੀਆਂ ਗਈਆਂ। ਪਹਿਲੀ ਚੀਜ਼ ਇਹ ਕਿ ਉਹਨਾਂ ਦਾ ਪੋਸਚਰ ਚੇਂਜ ਕੀਤਾ ਗਿਆ, ਦੂਸਰੀ ਚੀਜ਼ ਇਹ ਕਿ ਉਹਨਾਂ ਨੂੰ ਇਹੋ ਜਿਹੀ ਡਾਇਟ ਦਿੱਤੀ ਗਈ ਜਿਹਦੇ ਨਾਲ ਉਹਨਾਂ ਦਾ ਸਰੀਰ ਉਸ ਬਿਮਾਰੀ ਨਾਲ ਲੜ ਪਾਇਆ ਜੀ। ਜਦੋਂ ਤੁਸੀਂ ਆਪਾਂ ਮੈਡੀਕਲ ਸਾਇੰਸ ਦੇ ਪ੍ਰੋਟੋਕੋਲ ਨੂੰ ਜਾਂ WHO ਦੇ ਪ੍ਰੋਟੋਕੋਲ ਨੂੰ ਦੇਖਦੇ ਆ ਉਹ ਕੀ ਸੀ ਵੀ ਪੇਸ਼ੈਂਟ ਨੂੰ ਸਭ ਤੋਂ ਪਹਿਲਾਂ ਕੁਆਰੰਟਾਈਨ ਕਰ ਦਿਓ, ਉਹਨੂੰ ਇੱਕ ਇਹੋ ਜਿਹੇ ਕਮਰੇ ਚ ਅਲੱਗ ਥਲੱਗ ਰੱਖ ਦਿਓ। ਉਸ ਤੋਂ ਬਾਅਦ ਉਹਦੇ ਨਾਲ ਜਿਹੜਾ ਡਾਕਟਰ ਦਾ ਬਿਹੇਵੀਅਰ ਹੈ, ਜਿਹੜਾ ਨਰਸਿਸ ਦਾ ਬਿਹੇਵੀਅਰ ਹੈ, ਕੋਈ ਪਰਿਵਾਰ ਦਾ ਮੈਂਬਰ ਉਹਦੇ ਕੋਲ ਨਹੀਂ ਜਾ ਸਕਦਾ, ਇਹ ਜੀ ਸਥਿਤੀ ਚ ਉਹਦੀ ਇਮਿਊਨਿਟੀ ਵੈਸੇ ਹੀ ਲੋ ਹੋ ਜਾਂਦੀ ਹੈ। ਡਰ ਦੇ ਨਾਲ ਜਦੋਂ ਪੇਸ਼ੈਂਟ ਦੇ ਮਨ ਚ ਡਰ ਹੁੰਦਾ ਇਕੱਲਪਣ ਹੁੰਦਾ ਉਦੋਂ ਉਹਦੀ ਇਮਿਊਨਿਟੀ ਜਿਹੜੀ ਹੈ ਬਹੁਤ ਕਮਜ਼ੋਰ ਹੋ ਜਾਂਦੀ ਹੈ ਜੀ। ਤੇ ਇਹੋ ਜਿਹੀ ਸਥਿਤੀ ਦੇ ਵਿੱਚ ਜਦੋਂ ਉਹਨੂੰ ਸਾਹ ਲੈਣ ਚ ਦਿੱਕਤ ਹੋਈ ਉਹਨੂੰ ਪਿੱਠ ਭਰ ਲਿਆ ਕੇ ਉਹਦੇ ਆਕਸੀਜਨ ਮਾਸਕ ਲਾਇਆ ਗਿਆ। ਮੈਡੀਕਲ ਰਿਸਰਚ ਦੱਸਦੀ ਹੈ ਕਿ ਆਕਸੀਜਨ ਸਾਡੀ ਬਾਡੀ ਜਿਹੜੀ ਹੈ ਉਹ ਡਿਜ਼ਾਈਨ ਹੋਈ ਹੈ ਹਵਾ ਅੰਦਰ ਲੈਣ ਲਈ ਜੀ। ਅਸੀਂ ਜਦੋਂ ਸਾਹ ਲੈਂਦੇ ਅਸੀਂ ਆਕਸੀਜਨ ਨਹੀਂ ਅੰਦਰ ਲੈਂਦੇ ਹਵਾ ਲੈਂਦੇ ਹਾਂ, ਤੇ ਜਦੋਂ ਪਿਓਰ ਆਕਸੀਜਨ ਜਿਹੜੀ ਹੈ ਉਹ ਮਾਸਕ ਲਗਾਇਆ ਜਾਂਦਾ ਫੇਫੜਿਆਂ ਨੂੰ ਡੈਮੇਜ ਕਰਦੀ ਹੈ, ਪੇਸ਼ੈਂਟ ਨੂੰ ਨਮੋਨੀਆ ਹੋ ਜਾਂਦਾ ਜੀ। ਜਦੋਂ ਫੇਫੜੇ ਪਹਿਲਾਂ ਹੀ ਕੰਪਰੋਮਾਈਜ਼ ਨੇ, ਪਹਿਲਾਂ ਹੀ ਉਹਨਾਂ ਤੇ ਇੱਕ ਵਾਇਰਸ ਦਾ ਅਟੈਕ ਹੈ, ਉਹਦੇ ਤੇ ਆਕਸੀਜਨ ਮਾਸਕ ਲਗਾਉਣ ਨਾਲ ਉਹ ਹੋਰ ਜ਼ਿਆਦਾ ਡੈਮੇਜ ਹੁੰਦੇ ਨੇ, ਫਿਰ ਉਹਨੂੰ ਵੈਂਟੀਲੇਟਰ ਤੇ ਲਿਜਾਇਆ ਜਾਂਦਾ ਤੇ ਉਹਦੀ ਮੌਤ ਹੋ ਜਾਂਦੀ ਹੈ, ਨਾਲ 10-15 ਲੱਖ ਰੁਪਇਆ ਵੀ ਉਸ ਮਰੀਜ਼ ਦੀ ਜੇਬ ਚੋਂ ਕਢਾ ਲਿਆ ਜਾਂਦਾ ਜੀ। ਤਾਂ ਇਹ ਚੀਜ਼ ਹੁਣ ਤੁਸੀਂ ਇਹ ਦੇਖੋ 60,000 ਪੇਸ਼ੈਂਟ ਇੱਕ ਦੇਸ਼ ਦੇ ਵਿੱਚ ਇੱਕ ਅਲੱਗ ਤਰੀਕੇ ਨਾਲ ਠੀਕ ਕੀਤੇ ਗਏ, ਕਿਸੇ ਮੀਡੀਆ ਨੇ ਕਿਸੇ ਪ੍ਰੈਸ ਨੇ ਉਹਦੀ ਗੱਲ ਨਹੀਂ ਕੀਤੀ। ਨਹੀਂ ਬਿਲਕੁਲ। ਇਹ ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਅੱਜ ਦੀ ਤਰੀਕ ਤੇ ਹੈਲਥ ਜਿਹੜੀ ਹੈ ਉਹ ਇੱਕ ਬਿਜ਼ਨਸ ਬਣ ਚੁੱਕਿਆ, ਜਿੱਥੋਂ ਮੁਨਾਫਾ ਨਹੀਂ ਹੈ ਉਹਦੀ ਗੱਲ ਕੋਈ ਨਹੀਂ ਕਰਦਾ। ਨਹੀਂ ਕਰਦਾ ਸਹੀ। ਹੁਣ ਤੁਸੀਂ ਇਹ ਦੇਖੋ ਵੀ ਇੱਕ ਪੇਸ਼ੈਂਟ ਦਾ ਵੈਂਟੀਲੇਟਰ ਤੇ ਉਹਦੇ ਤੋਂ ਤੁਸੀਂ ਲੱਖਾਂ ਰੁਪਏ ਲੈ ਸਕਦੇ ਹੋ, ਇੱਕ ਪੇਸ਼ੈਂਟ ਨੂੰ ਤੁਸੀਂ ਉਲਟਾ ਲਟਾ ਕੇ ਉਹਦੇ ਕੋਲੋਂ 5,000 ਵੀ ਨਹੀਂ ਲੈ ਸਕਦੇ। ਜੀ। ਅਗਲਾ ਕਹੂੰਗਾ ਯਾਰ ਆ ਮੈਨੂੰ ਮੁੱਦਾ ਲਟਾ ਕੇ ਤੂੰ ਮੇਰੇ ਤੋਂ 5,000 ਰੁਪਇਆ ਮੰਗਦਾ। ਜੀ। ਕਿਉਂ ਇਸ ਤਕਨੀਕ ਨੂੰ ਜਾਂ ਕਿਉਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ, ਕਿਉਂ ਇਹਨਾਂ ਚੀਜ਼ਾਂ ਨੂੰ ਲੋਕਾਂ ਦੇ ਸਾਹਮਣੇ ਨਹੀਂ ਆਉਣ ਦਿੱਤਾ ਜਾ ਰਿਹਾ? ਇਹਦਾ ਕਾਰਨ ਹੈ ਇਹਦੇ ਪਿੱਛੇ ਬਿਜ਼ਨਸ ਨਹੀਂ ਹੋ ਸਕਦਾ, ਇਹਦੇ ਨਾਲ ਵਪਾਰ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਜੀ ਬਿਲਕੁਲ। ਲੇਕਿਨ ਅਸੀਂ ਡਾਕਟਰ ਵਿਸ਼ਵਰੂਪ ਰਾਏ ਚੌਧਰੀ ਉਹਨਾਂ ਦੀ ਟੀਮ ਜਾਂ ਹੋਰ ਬਹੁਤ ਸਾਰੇ ਲੋਕ ਨੇ, ਕੁਛ ਆਯੁਰਵੇਦ ਦਾ ਕੰਮ ਕਰ ਰਹੇ ਨੇ, ਕੁਛ ਨੈਚੁਰੋਪੈਥੀ ਦੇ ਲੋਕ ਨੇ, ਜਿਹੜੇ ਜਿਹਨਾਂ ਦਾ ਮਕਸਦ ਸਿਰਫ ਇਹ ਹੈ ਕਿ ਮਰੀਜ਼ ਦੀ ਜਾਨ ਬਚਾਈ ਜਾਵੇ ਜੀ ਕਿਸੇ ਵੀ ਤਰੀਕੇ ਨਾਲ। ਪੇਸ਼ੈਂਟ ਦੀ ਜਾਨ ਬਚਾਉਣਾ ਮੁੱਖ ਮਕਸਦ ਹੈ, ਬਾਕੀ ਸਾਰੀਆਂ ਚੀਜ਼ਾਂ ਬਾਅਦ ਦੀਆਂ ਨੇ ਜੀ। ਤਾਂ ਇਵੇਂ
ਆਪਾਂ ਇਹ ਦੇਖਦੇ ਹਾਂ ਕਿ ਚਾਹੇ ਡੇਂਗੂ ਹੈ ਚਾਹੇ ਕਿਸੇ ਹੋਰ ਤਰੀਕੇ ਦਾ ਬੁਖਾਰ ਹੈ, ਜੋ ਮੈਡੀਕਲ ਸਾਇੰਸ ਦਾ ਪ੍ਰੋਟੋਕੋਲ ਹੈ, ਜੋ ਹਸਪੀਟਲ ਦਾ ਪ੍ਰੋਟੋਕੋਲ ਹੈ, ਉਹ ਕੀ ਹੈ ਜੀ? ਉਹ ਇਹ ਵੀ ਜਦੋਂ ਤੁਹਾਨੂੰ ਬੁਖਾਰ ਚੜਦਾ ਹੈ ਉਸ ਤੋਂ ਬਾਅਦ ਸਭ ਤੋਂ ਪਹਿਲੀ ਚੀਜ਼ ਜਿਹੜੀ ਕੀਤੀ ਜਾਂਦੀ ਹੈ, ਜਾਂ ਤਾਂ ਅਸੀਂ ਖੁਦ ਪੈਰਾਸੀਟਾਮੋਲ ਖਾ ਲੈਂਦੇ ਹਾਂ। ਉਹ ਬੁਖਾਰ ਕਿਸੇ ਵੀ ਤਰ੍ਹਾਂ ਦਾ ਆਪਾਂ ਇਹ ਨਹੀਂ ਪਹਿਲਾਂ ਪਤਾ ਕਰਦੇ। ਸ਼ੁਰੂਆਤ ਚ ਜਦੋਂ ਬੁਖਾਰ ਹੁੰਦਾ ਹੈ, ਜਦੋਂ ਹੀ ਸਾਡਾ ਕਿਸੇ ਵੀ ਵਿਅਕਤੀ ਦਾ ਥੋੜੇ ਹੱਡ ਪੈਰ ਦੁਖਣੇ ਸ਼ੁਰੂ ਹੁੰਦੇ ਆ ਜਾਂ ਥੋੜਾ ਜਿਹਾ ਫੀਵਰਿਸ਼ ਫੀਲ ਹੁੰਦਾ ਤੇ ਲਓ ਜੀ ਮੈਨੂੰ ਲੱਗਦਾ ਬੁਖਾਰ ਹੋਊਗਾ, ਉਦੋਂ ਅਸੀਂ ਪੈਰਾਸੀਟਾਮੋਲ ਖਾ ਲੈਂਦੇ ਹਾਂ। ਬਿਲਕੁਲ ਖਾਂਦੇ ਹਾਂ ਜੀ, ਹਾਂਜੀ। ਮਤਲਬ ਜਿਹੜੀ ਸਭ ਤੋਂ ਪਹਿਲੀ ਵੱਡੀ ਗਲਤੀ ਕੀਤੀ ਜਾਂਦੀ ਹੈ ਉਹ ਇਹੀ ਕੀਤੀ ਜਾਂਦੀ ਹੈ, ਕਿਉਂਕਿ ਸਾਨੂੰ ਸਿਖਾਇਆ ਹੀ ਇਹ ਗਿਆ, ਪ੍ਰਚਾਰ ਹੀ ਇਸ ਗੱਲ ਦਾ ਕੀਤਾ ਗਿਆ। ਕਈ ਵਾਰ ਤਾਂ ਡਾਕਟਰ ਇਹ ਕਹਿ ਦਿੰਦਾ ਕਿ ਹਰ 6 ਘੰਟੇ ਬਾਅਦ ਪੈਰਾਸੀਟਾਮੋਲ ਲੈਣੀ ਹੈ, ਦਿਨ ਚ 3-4 ਖਵਾਈਆਂ ਜਾਂਦੀਆਂ ਨੇ। ਤਾਂ ਸਭ ਤੋਂ ਵੱਡੀ ਗਲਤੀ ਜਿਹੜੀ ਹੈ ਉਹ ਇਹ ਹੈ, ਸਾਨੂੰ ਸਮਝ ਆਉਣੀ ਚਾਹੀਦੀ ਹੈ, ਜਿਹੜੀ ਚੀਜ਼ ਸਾਨੂੰ ਕੋਈ ਨੀ ਸਿਖਾਉਂਦਾ, ਕੋਈ ਨੀ ਦੱਸਦਾ, ਕੋਈ ਨੀ ਸਮਝਾਉਂਦਾ, ਉਹ ਇਹ ਹੈ ਕਿ ਸਾਡਾ ਸਰੀਰ ਆਪਣਾ ਟੈਂਪਰੇਚਰ ਬਿਨਾਂ ਵਜ੍ਹਾ ਕਦੀ ਨਹੀਂ ਵਧਾਉਂਦਾ। ਇੱਕ ਛੋਟੀ ਜਿਹੀ ਗੱਲ ਦੇ ਲਈ ਮੈਂ ਤੁਹਾਨੂੰ ਥੋੜਾ ਜਿਹਾ ਇੱਥੇ ਵਿਰਾਮ ਲਗਾਉਂਗੀ ਜੀ। ਕੱਲ ਮੈਂ ਜਦੋਂ ਸੋਚ ਰਹੀ ਸੀ ਕਿ ਇਸ ਮੈਟਰ ਤੇ ਗੱਲ ਕੀਤੀ ਜਾਵੇ ਤਾਂ ਇੱਕ ਪੇਸ਼ੈਂਟ ਦੇ ਨਾਲ ਮੈਂ ਗੱਲ ਕੀਤੀ ਜੋ ਹੁਣੀ ਰਿਕਵਰ ਹੋ ਕੇ ਆਇਆ ਜੀ ਇਸ ਬਿਮਾਰੀ ਤੋਂ, ਤਾਂ ਮੈਂ ਉਹਦੇ ਨਾਲ ਹਲਕੀ ਜਿਹੀ ਗੱਲ ਕੀਤੀ ਕਿਉਂਕਿ ਟਾਈਮ ਸ਼ਾਰਟੇਜ ਸੀ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਵੀ ਤੁਹਾਨੂੰ ਡੇਂਗੂ ਆ? ਉਹ ਕਹਿੰਦੇ ਮੈਨੂੰ ਨੀ ਪਤਾ ਵੀ ਇਹ ਡੇਂਗੂ ਸੀ ਜਾਂ ਕੀ ਸੀ। ਇੱਕ ਮਹੀਨਾ ਪਹਿਲਾਂ ਮੇਰੀਆਂ ਜੋ ਲੱਤਾਂ ਦੁਖਣੀਆਂ ਟੁੱਟਣੀਆਂ ਸ਼ੁਰੂ ਹੋ ਗਈਆਂ, ਬੁਖਾਰ ਹੁੰਦਾ ਸੀ ਤਾਂ ਮੈਡੀਸਨ ਡਾਕਟਰ ਦੇ ਦਿੰਦੇ ਸੀਗੇ, 3-4 ਦਿਨਾਂ ਦੀ ਦਵਾਈ ਦੇ ਕੇ ਤੋਰ ਦਿੰਦੇ ਸੀਗੇ, ਹਨਾ। ਤਾਂ ਮੇਰਾ ਉਹ ਵੀ ਸਿਸਟਮ ਚੱਲਦਾ ਰਿਹਾ, ਪਰ ਇਕਦਮ ਇਹ ਹੋਇਆ ਕਿ ਮਹੀਨਾ ਜਦੋਂ ਮੈਂ ਇਹ ਸਾਰਾ ਪ੍ਰੋਸੈਸ ਕੀਤਾ ਮੈਨੂੰ ਨਾ ਕੁਛ ਆਰਾਮ ਆਇਆ, ਚੱਕਰ ਵੋਮਿਟ ਆਉਣੀ ਸ਼ੁਰੂ ਹੋ ਗਈ, ਤੇ ਫਿਰ ਜਦੋਂ ਚੈੱਕ ਕਰਾਇਆ ਤਾਂ ਫਿਰ ਆ ਸਾਰਾ ਸਿਸਟਮ ਉਹਨਾਂ ਨੇ ਕੱਢ ਕੇ ਰੱਖਿਆ ਕਿ ਤੁਹਾਨੂੰ ਡੇਂਗੂ ਆ ਜੀ। ਤੋਂ ਅੱਜ ਮੈਨੂੰ ਲੱਗਦਾ ਸਾਡੇ ਆਫਿਸ ਦੇ ਵਿੱਚ ਹੀ 4-5 ਮਰੀਜ਼ ਨੇ ਇਸ ਬਿਮਾਰੀ ਦੇ ਵਿੱਚ, ਔਰ ਘਿਰੇ ਹੋਏ ਨੇ ਘਰਾਂ ਦੇ ਵਿੱਚ ਨੇ, ਟ੍ਰੀਟਮੈਂਟ ਚੱਲ ਰਿਹਾ ਉਹਨਾਂ ਦਾ। ਪਰ ਉਹੀ ਤੁਹਾਡੇ ਵਾਲੀ ਗੱਲ ਹੈ ਕਿ ਅਸੀਂ ਮੰਨਣੀ ਨਹੀਂ ਹੁੰਦੀ, ਅਸੀਂ ਗੋਲੀਆਂ ਤੇ ਡਿਪੈਂਡ ਹੈ ਕਿ ਸਾਨੂੰ ਗੋਲੀਆਂ ਤੋਂ ਹੀ ਰਾਹਤ ਮਿਲੂਗੀ। ਮੈਂ ਰਿਕੁਐਸਟ ਵੀ ਕੀਤੀ ਸੀ, ਮੈਂ ਇਹ ਵੀ ਕਿਹਾ ਸੀਗਾ ਕਿ ਇੱਕ ਤੁਸੀਂ ਇੱਕ ਵਾਰੀ ਗੱਲ ਕਰਕੇ ਦੇਖ ਲਓ ਅਗਰ ਤੁਹਾਨੂੰ ਠੀਕ ਲੱਗੇ, ਨਹੀਂ ਜੀ ਇਹ ਤਾਂ ਬਿਮਾਰੀ ਹੀ ਟੈਬਲੇਟ ਦੇ ਨਾਲ ਹਟੇਗੀ। ਮੈਂ ਚਲੋ ਠੀਕ ਹੈ, ਮੇਰਾ ਹੱਕ ਸੀ ਤੁਹਾਨੂੰ ਰਾਹ ਦਿਖਾਉਣਾ, ਨਹੀਂ ਤੁਰਨਾ ਚਾਹੁੰਦੇ, ਤੁਹਾਡੀ ਵੱਖਰੀ ਸੋਚ। ਪਰ ਦੇਖੋ ਇਹੀ ਗੱਲ ਜਿਹੜੀ ਹੈ, ਮਤਲਬ ਜਦੋਂ ਸਾਡੇ ਜਿਹੜੇ ਟ੍ਰੈਡੀਸ਼ਨ ਨੇ, ਸਾਡੇ ਜਿਹੜੇ ਵਿਸ਼ਵਾਸ ਬਣ ਜਾਂਦੇ ਨੇ, ਉਹਨਾਂ ਨੂੰ ਛੱਡਣਾ, ਉਹਨਾਂ ਤੋਂ ਬਾਹਰ ਆਉਣਾ ਬਹੁਤ ਔਖਾ, ਬਹੁਤ ਔਖਾ ਜੀ। ਮਤਲਬ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਸਾਰੇ ਸਰੋਤਿਆਂ ਨੂੰ ਵੀ ਜਿਹੜੀ ਗੱਲ ਮੈਂ ਕਰ ਰਿਹਾ ਉਹਦੇ ਪਿੱਛੇ ਲੌਜਿਕ ਹੈ, ਉਹਦੇ ਪਿੱਛੇ ਸਾਇੰਟਿਫਿਕ ਐਵੀਡੈਂਸ ਹੈ। ਅਗਰ ਤੁਹਾਨੂੰ ਮਤਲਬ ਇਹ ਲੱਗਦਾ, ਦੇਖੋ ਕੋਈ ਇੱਕ ਬੰਦਾ ਕਹਿੰਦਾ ਇਹ ਸਾਰਾ ਕੁਛ ਗਲਤ ਹੈ ਜੀ ਜੋ ਹੋ ਰਿਹਾ, ਅਸੀਂ ਉਹਦੀ ਗੱਲ ਨਹੀਂ ਮੰਨਦੇ, ਲੇਕਿਨ ਅਗਰ ਕੋਈ ਬੰਦਾ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਆਹ ਦੇਖੋ ਸਾਇੰਸ ਆਹ ਕਹਿੰਦੀ ਆ, ਸਰਕਾਰ ਕੀ ਕਹਿੰਦੀ ਆ, ਮੀਡੀਆ ਕੀ ਕਹਿੰਦਾ, ਡਾਕਟਰ ਕੀ ਕਹਿੰਦੇ ਨੇ, ਉਹ ਇੱਕ ਪਾਸਾ, ਸਾਇੰਸ ਕੀ ਕਹਿੰਦੀ ਹੈ? ਤੁਸੀਂ ਦੇਖੋਗੇ ਅੱਜ ਮੈਡੀਕਲ ਸਾਇੰਸ ਦੇ ਨਾਮ ਤੇ ਅਨਸਾਇੰਟਿਫਿਕ ਇੰਨੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ, ਸਾਇੰਸ ਦੇ ਵਿਰੋਧੀ ਚੀਜ਼ਾਂ ਕੀਤੀਆਂ ਜਾ ਰਹੀਆਂ। ਸਧਾਰਨ ਦੀ ਗੱਲ ਮੈਂ ਕਹਿਣੀ ਚਾਹੁੰਦਾ, ਉਹ ਗੱਲ ਕੀ ਹੈ ਵੀ ਜਿਹੜਾ ਸਾਨੂੰ 2 ਸਾਲ ਪਿਛਲੇ ਲਗਭਗ ਹੋ ਚੱਲੇ ਸਾਡੇ ਮੂੰਹ ਤੇ ਮਾਸਕ ਦਿੱਤਾ ਗਿਆ, ਸਾਇੰਸ ਇਹ ਮੰਨਦੀ ਹੈ ਕਿ ਮਾਸਕ ਲਾਉਣ ਨਾਲ ਕੋਈ ਵਾਇਰਸ ਤੁਹਾਡੇ ਅੰਦਰ ਜਾਣ ਤੋਂ ਬਚ ਨਹੀਂ ਸਕਦਾ, ਕਿਉਂਕਿ ਵਾਇਰਸ ਦਾ ਸਾਇਜ਼ ਜਿਹੜਾ ਉਹ ਇੰਨਾ ਛੋਟਾ ਹੁੰਦਾ ਹੈ ਕਿ ਜਿਹੜਾ ਉਸ ਮਾਸਕ ਦਾ ਸਾਇਜ਼ ਹੈ ਉਹਦੇ ਵਿੱਚ ਵੀ ਆਰਾਮ ਨਾਲ ਲੰਘ ਸਕਦਾ, ਕਿਸੇ ਵੀ ਵਾਇਰਸ ਤੋਂ ਬਚਿਆ ਨਹੀਂ ਜਾ ਸਕਦਾ ਮਾਸਕ ਲਾਉਣ ਨਾਲ। ਦੂਜੀ ਗੱਲ ਇਹਦੇ ਉਲਟ, ਸਾਇੰਸ ਇਹ ਕਹਿੰਦੀ ਹੈ ਕਿ ਮਾਸਕ ਲਾਉਣ ਨਾਲ ਅਸੀਂ ਜਿਹੜੀ ਹਵਾ ਚ ਆਕਸੀਜਨ ਲੈਣੀ ਹੈ, ਹਵਾ ਅੰਦਰ ਲੈਣੀ ਹੈ, ਆਕਸੀਜਨ ਨਾਲ ਭਰਪੂਰ ਹਵਾ ਲੈਣੀ ਹੈ, ਉਹ ਹਵਾ ਸਾਨੂੰ ਨਹੀਂ ਮਿਲਦੀ, ਅਸੀਂ ਬਾਰ ਬਾਰ ਜਿਹੜੀ ਛੱਡੀ ਹੋਈ ਕਾਰਬਨ ਡਾਈਆਕਸਾਈਡ ਉਹ ਹੀ ਅੰਦਰ ਲਈ ਜਾ ਰਹੇ ਅੰਦਰ ਲੈ ਰਹੇ ਹਾਂ। ਹਾਂਜੀ ਬਿਲਕੁਲ, ਮਾਸਕ ਲੱਗਿਆ, ਔਰ ਮਾਸਕ ਵੀ ਅਸੀਂ ਕਈ ਵਾਰੀ ਇੰਨੇ ਹਾਰਡ ਲਗਾ ਲੈਂਦੇ ਹਾਂ ਕਿ ਵਾਇਰਸ ਜਾਵੇ ਹੀ ਨਾ ਅੰਦਰ, ਪਰ ਇਹ ਨਹੀਂ ਪਤਾ ਵੀ ਜਿਹੜੀ ਹਵਾ ਅਸੀਂ ਛੱਡ ਰਹੇ ਹਾਂ ਉਹੀ ਅਸੀਂ ਅੰਦਰ ਲੈ ਰਹੇ ਹਾਂ।
ਜਦੋਂ ਅਸੀਂ ਹਵਾ ਸਾਹ ਲੈਂਦੇ ਹਾਂ ਤਾਂ ਉਹਦੇ ਨਾਲ ਨਮੀ ਵੀ ਹੁੰਦੀ ਹੈ, ਸਿੱਲ ਹੁੰਦੀ ਹੈ, ਤੇ ਉਸ ਮਾਸਕ ਦੇ ਅੰਦਰ ਸਿੱਲਾ ਵਾਤਾਵਰਣ ਬਣ ਜਾਂਦਾ ਜਿਹਦੇ ਵਿੱਚ ਹੋਰ ਬਹੁਤ ਸਾਰੇ ਬੈਕਟੀਰੀਆ ਪੈਦਾ ਹੋ ਜਾਂਦੇ ਨੇ ਜਿਹੜੇ ਅੰਦਰ ਜਾਂਦੇ ਨੇ ਫਿਰ ਸਾਡੇ ਔਰ ਨੁਕਸਾਨ ਕਰਦੇ ਨੇ। ਮਤਲਬ ਮੈਂ ਪਹਿਲੇ ਵੀ ਆਪਣੇ ਇੱਕ ਸੈਗਮੈਂਟ ਤੇ ਗੱਲ ਹੋਈ ਸੀ ਕਿ ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਨੇ ਬਕਾਇਦਾ ਉਹਦੀ ਗਾਈਡਲਾਈਨ ਸੀ ਵੀ ਜਿਹੜਾ ਤੰਦਰੁਸਤ ਬੰਦਾ ਉਹਨੂੰ ਮਾਸਕ ਲਾਊਗਾ ਤੇ ਬਿਮਾਰ ਹੋਏਗਾ, ਲੇਕਿਨ ਉਸ ਸਾਇੰਸ ਦੀ ਜਿਹੜੀ ਗੱਲ ਹੈ ਉਹਦੇ ਤੋਂ ਉਲਟ ਸਰਕਾਰ ਨੇ ਵੀ ਪ੍ਰਚਾਰ ਕੀਤਾ, ਮੀਡੀਆ ਨੇ ਵੀ ਪ੍ਰਚਾਰ ਕੀਤਾ, ਪੁਲਿਸ ਨੇ ਵੀ ਲੋਕਾਂ ਨੂੰ ਮਜਬੂਰ ਕੀਤਾ ਕਿ ਮਾਸਕ ਲਾਓ। ਕਿਸੇ ਸਾਇੰਟਿਸਟ ਨੇ ਹਿੰਮਤ ਨਹੀਂ ਕੀਤੀ ਇਹ ਗੱਲ ਕਹਿਣ ਦੀ ਕਿ ਮਾਸਕ ਲਾਉਣਾ ਗਲਤ ਹੈ। ਇਸ ਕਰਕੇ ਸਾਨੂੰ ਆਪਣੀ ਥੋੜੀ ਜਿਹੀ ਰਿਸਰਚ ਜ਼ਰੂਰ ਕਰਨੀ ਪਊਗੀ ਜਦੋਂ ਅਸੀਂ ਇਹ ਫੈਸਲਾ ਲੈਣਾ, ਕਿਉਂਕਿ ਇਹ ਜ਼ਿੰਦਗੀ ਦਾ ਮਾਮਲਾ। ਤੁਸੀਂ ਕੰਮ ਕੀ ਕਰਦੇ ਹੋ, ਰੁਜ਼ਗਾਰ ਕੀ ਹੈ, ਉਹਦੇ ਬਾਰੇ ਕਿਸੇ ਦੀ ਸਲਾਹ ਲੈ ਕੇ ਤੁਸੀਂ ਉੱਤੇ ਅਮਲ ਕਰ ਸਕਦੇ, ਲੇਕਿਨ ਜਦੋਂ ਸਿਹਤ ਦਾ ਮਾਮਲਾ, ਤੁਹਾਡੀ ਜਾਨ ਦਾ ਮਾਮਲਾ, ਉਦੋਂ ਤੁਹਾਨੂੰ ਆਪਣੀ ਥੋੜੀ ਜਿਹੀ ਰਿਸਰਚ ਕਰਨੀ ਪਊਗੀ ਕਿ ਸਾਇੰਸ ਕੀ ਕਹਿੰਦੀ ਹੈ। ਤਾਂ ਹੁਣ ਸਾਇੰਸ ਜਿਹੜੀ ਬਾਡੀ ਦੀ ਸਾਇੰਸ ਹੈ, ਹਿਊਮਨ ਬਾਡੀ ਦੀ ਸਾਇੰਸ ਹੈ, ਉਹ ਇਹ ਕਹਿੰਦੀ ਹੈ ਕਿ ਹਿਊਮਨ ਬਾਡੀ ਜਿਹੜੀ ਹੈ ਇਹ ਆਪਣੇ ਆਪ ਤੇ ਇੱਕ ਬਹੁਤ ਇੰਟੈਲੀਜੈਂਟ ਸਿਸਟਮ ਹੈ। ਇਹੋ ਜਿਹਾ ਇੰਟੈਲੀਜੈਂਟ ਸਿਸਟਮ ਜਿਹਦੇ ਵਰਗੀ ਕੋਈ ਮਸ਼ੀਨ ਅਜੇ ਤੱਕ ਮਨੁੱਖ ਤਿਆਰ ਨਹੀਂ ਕਰ ਸਕਿਆ। ਇੰਨੀ ਵਿਗਿਆਨਕ ਤਰੱਕੀ ਹੋਣ ਦੇ ਬਾਵਜੂਦ ਵੀ ਮਨੁੱਖ ਇਹੋ ਜਿਹੀ ਮਸ਼ੀਨ ਨਹੀਂ ਤਿਆਰ ਕਰ ਸਕਿਆ ਜਿਹੋ ਜਿਹੀ ਹਿਊਮਨ ਬਾਡੀ ਹੈ। ਹੁਣ ਕਹਿਣ ਨੂੰ ਕਹਿ ਸਕਦੇ ਹਾਂ ਜੀ ਅਸੀਂ, ਦੇਖੋ ਜੀ ਦਿਲ ਵੀ ਬਦਲਤਾ ਜਾਂਦਾ, ਕਿਡਨੀ ਵੀ ਬਦਲਤੀ ਜਾਂਦੀ ਹੈ, ਪਰ ਇੱਕ ਵੀ ਮਸ਼ੀਨ ਇਹੋ ਜਿਹੀ ਨਹੀਂ ਬਣੀ ਅਜੇ ਤੱਕ ਜਿਹੜੀ ਖਾਣੇ ਨੂੰ ਖੂਨ ਚ ਕਨਵਰਟ ਕਰ ਸਕੇ। ਕੇਵਲ ਹਿਊਮਨ ਬਾਡੀ ਇੱਕ ਇਹੋ ਜਿਹੀ ਚੀਜ਼ ਹੈ ਜਾਂ ਜਿਹੜਾ ਸਰੀਰ ਹੈ, ਚਾਹੇ ਉਹ ਜਾਨਵਰ ਦਾ ਸਰੀਰ ਹੈ, ਬਾਡੀ ਹੀ ਇਹ ਕੰਮ ਕਰ ਸਕਦੀ ਕਿ ਖਾਣਾ ਖਾਵੇ ਤੇ ਉਹ ਖਾਣਾ ਬਲੱਡ ਚ ਕਨਵਰਟ ਹੋਵੇ। ਇਸੇ ਲਈ ਤਾਂ ਬਲੱਡ ਜਿਹੜਾ ਡੋਨੇਟ ਕੀਤਾ ਜਾਂਦਾ, ਜਦੋਂ ਕਿਸੇ ਨੂੰ ਖੂਨ ਚੜਾਇਆ ਜਾਂਦਾ ਤੇ ਉਹ ਆਰਟੀਫਿਸ਼ਲ ਬਲੱਡ ਨਹੀਂ ਬਣਾਇਆ ਜਾ ਸਕਦਾ, ਉਹ ਕਿਸੇ ਦੂਜੇ ਇਨਸਾਨ ਤੋਂ ਕੱਢ ਕੇ ਦਿੱਤਾ ਜਾ ਸਕਦਾ। ਠੀਕ ਹੈ। I could be your love, baby. Love to see your heart. You could be my love, baby.